ਮੇਰੇ ਸਵਰਗਵਾਸੀ ਪਤੀ ਸੰਤੋਖ ਸਿੰਘ ਚੌਧਰੀ ਪੰਜਾਬ ਵਿੱਚ ਦੋ ਵਾਰ ਕੈਬਨਿਟ ਮਨਿਸਟਰ ਰਹੇ ਆਖਰੀ ਸਾਲ ਤੱਕ ਆਪਣੀ ਪਾਰਟੀ ਦੀ ਸੇਵਾ ਕਰਦੇ ਹੋਏ ਭਾਰਤ ਜੋੜੋ ਯਾਤਰਾ ਦੇ ਵਿੱਚ ਉਹਨਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਵਫਾਦਾਰੀ ਮੇਰੇ ਪਰਿਵਾਰ ਦੇ ਖੂਨ ਵਿੱਚ ਹੈ ਜਿਸ ਦੀ ਹਾਮੀ ਪੰਜਾਬ ਦੇ ਲੋਕ ਭਰਦੇ ਹਨ ਪਰ ਵਫਾਦਾਰੀ ਦਾ ਅਰਥ ਆਪਣੇ ਸਵੈਮਾਨ ਦੇ ਖਿਲਾਫ ਘੋਰ ਨਾ ਇਨਸਾਫੀ ਬਰਦਾਸ਼ਤ ਕਰਨਾ ਕਤਈ ਨਹੀਂ ਹੁੰਦਾ ਮੇਰੇ ਪਤੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਤਨ ਦੇਹੀ ਨਾਲ ਆਪਣੀ ਪਾਰਟੀ ਪ੍ਰਤੀ ਵਫਾਦਾਰੀ ਨਿਭਾਉਂਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਪਰ ਮੈਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਆਪਣੇ ਮਰਹੂਮ ਪਤੀ ਦੇ ਯੋਗਦਾਨ ਦੀ ਖੁਲੀਅਮ ਆ ਦੇਖੀ ਕੋਰ ਅਸੰਵੇਦਨਸ਼ੀਲਤਾ ਤੇ ਜਨਦਰ ਹੁੰਦੇ ਵੇਖਿਆ ਮੇਰੇ ਸਵਰਗਵਾਸੀ ਪਤੀ ਸੰਤੋਖ ਸਿੰਘ ਚੌਧਰੀ ਪੰਜਾਬ ਵਿੱਚ ਦੋ ਵਾਰ ਕੈਬਨਿਟ ਮਨਿਸਟਰ ਰਹੇ 2014 ਔਰ 2019 ਵਿੱਚ ਉਹਨਾਂ ਨੇ ਜਿਲੰਦਰ ਦੀ ਲੋਕ ਸਭਾ ਵਿੱਚ ਜਿੱਤ ਹਾਸਲ ਕੀਤੀ। ਆਖਰੀ ਸਾਲ ਤੱਕ ਆਪਣੀ ਪਾਰਟੀ ਦੀ ਸੇਵਾ ਕਰਦੇ ਹੋਏ ਭਾਰਤ ਜੋੜੋ ਯਾਤਰਾ ਦੇ ਵਿੱਚ ਉਹਨਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਮੇਰੇ ਸੁਪੁੱਤਰ ਪੰਜਾਬ ਵਿਧਾਨ ਸਭਾ ਵਿੱਚ ਤੀਜੀ ਪੀੜੀ ਵਜੋਂ ਨਿਮਾਇੰਦਗੀ ਕਰ ਰਹੇ ਨੇ। ਮੈਂ 35 ਵਰੇ ਬਤੌਰ ਪ੍ਰੋਫੈਸਰ ਫੋਰ ਇੰਗਲਿਸ਼ ਪੰਜਾਬ ਵਿੱਚ ਆਪਣੀ ਸੇਵਾ ਦਿੱਤੀ ਔਰ ਬਤੌਰ ਡੀਪੀਆਈ ਕਾਲਜਸ ਡਾਇਰੈਕਟਰ ਆਫ ਪਬਲਿਕ ਇਨਸਟਰਕਸ਼ਨਸ ਪੰਜਾਬ ਵਜੋਂ ਸੇਵਾ ਮੁਕਤ ਹੋਈ ਹਾਂ ਅੱਜ ਮੈਂ ਇਥੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਾਵਦੀ ਸੋਚ ਉਹਨਾਂ ਦੀ ਅਗਵਾਈ ਵਿੱਚ ਪੂਰੇ ਪਰੋਸੇ ਨਾਲ ਹਾਜ਼ਰ ਹੋਈ ਹਾਂ ਉਹਨਾਂ ਦੇ ਦੱਸੇ ਮਾਰਗ ਉਹਨਾਂ ਦੇ ਮਾਰਗਦਰਸ਼ਨ ਵਿੱਚ ਮੈਂ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਅਤੇ ਆਪਣੀ ਬੇਦਾਗ ਵਿਰਾਸਤ ਨੂੰ ਅੱਗੇ ਵਧਾਉਣ ਦਾ ਪ੍ਰਣ ਵੀ ਕਰਦੀ ਹਾਂ ਵਫਾਦਾਰੀ ਮੇਰੇ ਪਰਿਵਾਰ ਦੇ ਖੂਨ ਵਿੱਚ ਹੈ ਜਿਸ ਦੀ ਹਾਮੀ ਪੰਜਾਬ ਦੇ ਲੋਕ ਭਰਦੇ ਹਨ ਪਰ ਵਫਾਦਾਰੀ ਦਾ ਅਰਥ ਆਪਣੇ ਸਵੈਮਾਨ ਦੇ ਖਿਲਾਫ ਕੋਰ ਨਾ ਇਨਸਾਫੀ ਬਰਦਾਸ਼ਤ ਕਰਨਾ ਕਤਈ ਨਹੀਂ ਹੁੰਦਾ ਮੇਰੇ ਪਤੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਤਨਦੇਹੀ ਨਾਲ ਆਪਣੀ ਪਾਰਟੀ ਪ੍ਰਤੀ ਵਫਾਦਾਰੀ ਨਿਭਾਉਂਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਪਰ ਮੈਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਆਪਣੇ ਮਰਹੂਮ ਪਤੀ ਦੇ ਯੋਗਦਾਨ ਦੀ ਖੁੱਲੇਆਮ ਆ ਦੇਖੀ ਕੋਰ ਅਸੰਵੇਦਨਸ਼ੀਲਤਾ ਤੇ ਨਿਰਾਦਰ ਹੁੰਦੇ ਵੇਖਿਆ ਮੈਂ ਅੱਜ ਬੜੇ ਭਰੇ ਮਨ ਨਾਲ ਆਖਣਾ ਚਾਹੁੰਨੀ ਹਾਂ ਕਿ ਕਾਂਗਰਸ ਲੀਡਰਸ਼ਿਪ ਲਈ ਇੱਕ ਡੂੰਗੀ ਆਤਮ ਪਰਚੋਲ ਕਰਨ ਦਾ ਸਮਾਂ ਹੈ ਕਿਉਂ ਪਾਰਟੀ ਦੇ ਜ਼ਹਾਕਿਆਂ ਪੁਰਾਣੇ ਵਫਾਦਾਰ ਪਰਿਵਾਰ ਉਹਨਾਂ ਦੀ ਇਸ ਸਮੇਂ ਦੀ ਕਾਰਜ ਸ਼ੈਲੀ ਤੋਂ ਰੁਸ਼ਟ ਹਨ ਸ਼ੁੱਭ ਹਨ ਨਿਰਾਸ਼ ਹਨ ਅਤੇ ਉਪ ਪਾਰਟੀ ਛੱਡਣ ਦੇ ਲਈ ਮਜਬੂਰ ਹੋਏ ਹਨ ਮੈਂ ਭਾਰਤੀ ਜਨਤਾ ਪਾਰਟੀ ਦੇ ਇਸ ਮੰਚ ਤੇ ਅੱਜ ਸੰਕਲਪ ਕਰਦੀ ਹਾਂ ਕਿ ਆਤਮ ਸਮਰਪਣ ਦੇ ਨਾਲ ਸਖਤ ਮਿਹਨਤ ਦੇ ਨਾਲ ਆਪਣੀ ਬੇਦਾਗ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਪੰਜਾਬ ਦੇ ਲੋਕਾਂ ਅਤੇ ਆਪਣੇ ਦਲਿਤ ਭਾਈਚਾਰੇ ਦੇ ਸੁਨਹਿਰੇ ਪਵਿੱਖ ਲਈ ਆਖਰੀ ਦਮ ਤੱਕ ਯਤਨਸ਼ੀਲ ਰਹਾਂਗੇ ਇਨ੍ਹਾਂ ਸ਼ਬਦਾਂ ਦੇ ਨਾਲ ਧੰਨਵਾਦ ਜੈਪੀਨ ਜੈ ਭਾਰਤ